ਗੰਡਾ ਸਿੰਘ ਉਹਨਾਂ ਦਾ ਪਿਓ ਸੀ ਸੁੰਦਰ ਸਿੰਘ ਸਹੀ ਇੱਕ ਸੀ ਈਸਰ ਸਿੰਘ ਉਹਦੇ ਪੁੱਤਰ ਦੇ ਨਾਲ ਸੀ ਦੀਵਾਨ ਦੀਵਾਨ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ ਇੰਨਾ ਹਜ਼ਾਰ ਹੁੰਦਾ ਸੀ ਉਦੋਂ ਸਾਡੇ ਪਿੰਡ ਦੇ ਵਿੱਚ ਮੇਰੀ ਬਰਾਦਰੀ ਦੀ ਜਨਾਨੀ ਸੀ ਇੱਕ ਜੱਟਾਂ ਦੀ ਅਤੇ ਮੈਂ ਉਹਦਾ ਉਦੋਂ ਉੱਠਦਾ ਹਾਂ ਪਿਆ ਅਤੇ ਸਿਰ ਮੁੰਨ ਕੇ ਅਤੇ ਮੂੰਹ ਕਾਲਾ ਕਰਕੇ ਅਤੇ ਖੋਤੇ 'ਤੇ ਚਾੜ ਦਿੱਤੇ ਸੀ ਉਸ ਬੀਬੀ ਨੂੰ ਅਤੇ ਉਸ ਬੰਦੇ ਨੂੰ ਅੱਗੇ ਪਿੱਛੇ ਮੂੰਹ ਕਰਕੇ ਤਵੇ ਦੇ ਸ਼ਾਹੀ ਮੂੰਹ 'ਤੇ ਲਾ ਕੇ ਅਤੇ ਪਿੰਡ 'ਚ ਪਵਾਇਆ ਸੀ ਇਸ ਵਾਸਤੇ ਵੀ ਲੋਕਾਂ ਨੂੰ ਇਬਰਤ ਹਾਸਲ ਹੋਵੇ ਮਾਂ ਸਿੰਘ ਦਾ ਪੁੱਤਰ ਬੜਾ ਵੱਡਾ ਇੱਕ ਅਰੋੜਾ ਸੀ ਚੂਹਾ ਕੁੰਦਨ ਉਹ ਲੱਤ 'ਤੇ ਸੱਡਾ ਵੀ ਚੜ੍ਹ ਜਾ ਕੇ ਡਿੱਗ ਪੈਂਦਾ ਸੀ ਦੱਸਿਆ ਬਈ ਈਸਰ ਸਿੰਘ ਮੰਗਲ ਸਿੰਘ ਤਖਤ ਸਿੰਘ ਆਏ ਤਾਂ ਉਹਨਾਂ ਆਖਿਆ ਸਾ ਮਿਲ ਅਤੇ ਇੱਕ ਉਹਦਾ ਸੱਕਾ ਪਧਰਿਆ ਆਇਆ ਉਸ ਆਖਿਆ ਸਾ ਉਹਨੂੰ ਮਿਲਣਾ ਬਾਬੇ ਨੂੰ ਵਿਸਾਵਾ ਸਿੰਘ ਨੂੰ ਪੀਰਾਂ ਨੂੰ ਲੁਕਾ ਛੜਿਆ ਨਾ ਮਿਲਣ ਦਿੱਤਾ ਅਤੇ ਸਿੱਖਾਂ ਮੈਨੂੰ ਇਹ ਗੱਲ ਆ ਕਿ ਵੀ ਜੇ ਤੁਸੀਂ ਵਿਰਕ ਹੁੰਦੇ ਹੋ ਅਤੇ ਅੱਜ ਦੇ ਨਾਂ ਸਾਡੇ ਨਾਲ ਇਸ ਰਾਉਂਦੇ ਉਹ ਫਿਰ ਪੀਰਾਂ ਤੋਂ ਮੈਂ ਅਗਵਾ ਕਰ ਲਿਆ ਜੀ ਬਜ਼ੁਰਗਾਂ ਨੇ ਆਪਣੀ ਕਬਰ ਦੀ ਜਗ੍ਹਾ ਰੱਖੀ ਹੈ ਆਪਣੇ ਡੇਰੇ ਦੇ ਵਿੱਚ ਹੀ ਮਰਨ ਤੋਂ ਪਹਿਲਾਂ ਹੀ ਜਗ੍ਹਾ ਇੰਤਖਾਬ ਕਰ ਲਿਆ ਇਹ ਉਹਨਾਂ ਦੀ ਮਿਸਿਸ ਦੀ ਅਤੇ ਨਾਲ ਉਹਨਾਂ ਨੇ ਆਪਣੀ ਜਗ੍ਹਾ ਰੱਖ ਲਈ ਆਪਣੇ ਡੇਰੇ ਦੇ ਵਿੱਚ ਤੁਹਾਡੇ ਦਾਦਾ ਜੀ ਦਾ ਨਾਮ ਅੱਲਾ ਵਜ਼ਾਇਆ ਕਿਹੜਾ ਪਿੰਡ ਜਿੱਥੇ ਤੁਸੀਂ ਬੈਠੇ ਹੋ ਇਸ ਟਾਈਮ ਬੱਦਰ ਰੱਤਾ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ ਜੀ ਇਹਦੇ ਨਾਲ ਨੇ ਮੱਤਾ ਵਿਰਕਾ ਹਾਂਜੀ ਮੇਲੂ ਵਿਰਕਾ ਹਾਂਜੀ
ਸਪਰਾ ਮੰਗੋਗੇ ਖਾਨ ਮੁਸਲਮਾਨ ਨਸ਼ਹਿਰਾ ਵਿਰਕਾ ਸੌਗੇ ਗਰਮੂਲਾ ਠੀਕ ਹੋ ਗਿਆ ਅਸੀਂ ਅੱਜ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛੀਆਂ ਜੀ ਜੀ ਇਹ ਦੱਸੋ ਇਸ ਪਿੰਡ ਦੇ ਵਿੱਚ 47 ਤੋਂ ਪਹਿਲੇ ਕਿਹੜੀਆਂ ਕਿਹੜੀਆਂ ਕੌਮਾਂ ਆਬਾਦ ਸਨ ਇਹਦੇ ਵਿੱਚ ਵਿਰਕ ਵਿਰਕ ਸਨ ਵਿਰਕ ਕੌਮ ਆਬਾਦ ਸਿੱਖ ਸਨ ਕਿ ਮੁਸਲਮਾਨ ਵਿਰਕ ਸਨ ਸਿੱਖ ਮੁਸਲਮਾਨ ਬੱਦੋ ਰੱਤਾ ਜਿਹੜਾ ਨਾਂ ਹੈ ਇਹ ਮੁਸ਼ਤਰਕਾ ਖਾ ਪਿੰਡ ਸੀ ਅਤੇ ਜਿਸ ਵੇਲੇ ਮੁਸਲਮਾਨਾਂ ਨੂੰ ਹੋਸ਼ ਆਈ ਹੈ ਤਾਂ ਉਹਨਾਂ ਉਸ ਪਿੰਡ 'ਚੋਂ ਨਿਕਲ ਕੇ ਅਤੇ ਇੱਥੇ ਨਾਲ ਛੋਟਾ ਜਿਹਾ ਪਿੰਡ ਪਾ ਲਿਆ ਰੱਤਾ ਰੱਤਾ ਉਹ ਬੱਦੋ ਬਣ ਗਿਆ ਹਾਂ ਇਹ ਰੱਤਾ ਬਣ ਗਿਆ ਸਹੀ ਇਹ ਪਿੰਡ ਦੇ ਵਿੱਚ 47 ਤੋਂ ਪਹਿਲੇ ਸਿੱਖਾਂ ਦੇ ਕਿੰਨੇ ਕੁ ਘਰ ਸਨ ਇੱਕ ਵੀ ਨਹੀਂ ਸੀ ਘਰ ਸਾਰੇ ਮੁਸਲਮਾਨਾਂ ਦੇ ਸਨ ਸਾਰੇ ਮੁਸਲਮਾਨਾਂ ਦੇ ਅਤੇ ਬੱਦਰ ਉੱਤੇ ਦੇ ਵਿੱਚ ਸ਼ਾਮਲਾਟਾਂ ਜ਼ਮੀਨ ਇਕੱਠੀ ਸੀ ਤੂੰ ਉੱਥੇ ਸਾਰੇ ਸਿੱਖ ਸਨ ਅੱਛਾ ਸਾਰੇ ਸਿੱਖ ਸਨ ਹਾਂ ਇਹ ਦੱਸੋ ਜੀ ਤੁਹਾਨੂੰ ਸਿੱਖਾਂ ਦੇ ਨਾਵਾਂ ਦਾ ਪਤਾ ਜੀ ਹਾਂ ਪਤਾ ਕੀ ਕੀ ਨਾਂ ਸਨ ਜਿਹੜੇ ਸਿੱਖ ਇੱਥੇ ਤੁਹਾਡੇ ਪਿੰਡ ਰਹਿੰਦੇ ਸਨ ਮੰਗਲ ਸਿੰਘ ਹਾਂਜੀ ਵਾਗਾ ਗੰਡਾ ਸਿੰਘ ਗੰਡਾ ਸਿੰਘ ਉਹਨਾਂ ਦਾ ਪਿਓ ਸੀ ਸੁੰਦਰ ਸਿੰਘ ਸਹੀ ਇੱਕ ਸੀ ਈਸਰ ਸਿੰਘ ਉਹਦੇ ਪੁੱਤਰ ਦੇ ਨਾਂ ਸੀ ਦੀਵਾਨ ਦੀਵਾਨ ਅਤੇ ਨੰਬਰਦਾਰ ਸਨ ਉਹ ਸਹੀ ਸਹੀ ਇੱਕ ਮੱਖਣ ਸਿੰਘ ਸੀ ਨੰਬਰਦਾਰ ਇੱਥੇ ਨੰਬਰਦਾਰ ਹਾਂ ਸਾਡਾ ਵਾਲਾ ਜਿਹੜਾ ਸੀ ਉਹ ਸੀ ਨੰਬਰਦਾਰ ਚੌਥੀ ਪਤੀ ਦਾ ਹਾਂਜੀ ਚੌਥੀ ਪਤੀ ਦਾ ਮਤਲਬ ਮੁਸਲਮਾਨਾਂ ਦੀ ਪਤੀ ਦਾ ਸਾਡਾ ਪਿਓ ਨੰਬਰਦਾਰ ਸੀ ਸਹੀ 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 ਉਮਰਦੀਨ ਉਮਰਦੀਨ ਠੀਕ ਹੋ ਗਿਆ ਜੀ ਇਹ ਦੱਸੋ ਜੀ ਤੁਹਾਡੇ ਪਿੰਡ 47 ਤੋਂ ਪਹਿਲੇ ਹਾਂਜੀ ਜਦੋਂ ਪਤਾ ਲੱਗਾ ਕਿ ਉਜਾੜਿਆਂ ਦਾ ਜੀ ਹਾਂ ਉਦੋਂ ਸਿੱਖਾਂ ਦੀ ਇੱਥੇ ਵਾਹੀ ਕਰਦੇ ਸਨ ਜਾਂ ਕੀ ਕਰਦੇ ਸਨ ਉਦੋਂ ਬਾਬਰ ਦਾ ਇਲਾਕਾ ਸੀ ਜਾਂ ਚੋਰੀ ਕਰਦੇ ਸਨ ਅਤੇ ਜਾਂ ਵਾਹੀ ਕਰਦੇ ਸਨ ਸਿੱਖਾਂ ਦੇ ਜ਼ਿਆਦਾ ਕੀ ਕੰਮ ਸਨ ਜ਼ਿਆਦਾ ਇੱਥੇ ਵਾਹੀ ਕਰਨੀ ਹਾਂਜੀ ਅਤੇ ਜਾਂ ਚੋਰੀ ਕਰਨੀ ਚੋਰੀ ਕਰਨੀ ਹਾਂ ਕਿਹੜਾ ਮਸ਼ਹੂਰ ਚੋਰ ਸੀ ਤੁਹਾਡੇ ਪਿੰਡ ਦਾ ਸਾਡੇ ਮਸ਼ਹੂਰ ਚੋਰ ਦਾ ਸੀ ਬਾਲ ਸਿੰਘ ਹੁੰਦਾ ਸੀ ਬਾਲ ਸਿੰਘ ਹਾਂ ਉਹਨੂੰ ਪੁਲਿਸ ਵੀ ਆਵਾਜ਼ ਨਹੀਂ ਸੀ ਮਾਰਦੀ ਹੁੰਦੀ ਐਡਾ ਉਹਦਾ ਹਾਂ ਬੰਦਾ ਸੀ ਹਾਂ ਇੱਕ ਦੇ ਨਾਂ ਸੀ ਵਿਸਾਖਾ ਸਿੰਘ ਹਾਂਜੀ ਉਹਨੂੰ ਪੁਲਿਸ ਪਨਾਹ ਮੰਗਦੀ ਹੁੰਦੀ ਸੀ ਪੁੱਛਦੀ ਨਹੀਂ ਸੀ ਹੁੰਦੀ ਤਹਿਸੀਲ ਇਸ ਪਿੰਡ ਦੀ ਸੀ ਗੁਜਰਾਂਵਾਲਾ ਤੇ ਸਭ ਤਹਿਸੀਲ ਨਸ਼ਹਿਰਾ ਵਿਰਕਾ ਅੰਗਰੇਜ਼ ਦੇ ਵੇਲੇ ਦੀ ਸੀ ਜ਼ਿਲ੍ਹਾ ਗੁਜਰਾਂਵਾਲਾ ਸੀ ਤੇ ਤਹਿਸੀਲ ਨਸ਼ਹਿਰਾ ਵਿਰਕਾ ਸੀ ਸਭ ਤਹਿਸੀਲ ਨੂੰ ਸਮਝਦੇ ਹਨ ਉਹ ਜਾਂ ਠੀਕ ਹੋ ਗਿਆ ਉਸ ਵੇਲੇ ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈ ਸੀ ਜੀ ਹਾਂ ਪ੍ਰਾਇਮਰੀ ਸਕੂਲ ਸੀ ਉਸ ਪਿੰਡ ਵਿੱਚ ਆ ਤੇ ਮਸਜਿਦਾਂ ਕਿੰਨੀਆਂ ਸੀ ਗੁਰਦੁਆਰੇ ਕਿੰਨੇ ਸੀ ਮਸਜਿਦ ਗੁਰਦੁਆਰਾ ਇੱਕੋ ਹੀ ਸੀ ਹਾਂਜੀ ਮਸਜਿਦਾਂ ਦੋ ਉਸ ਪਿੰਡ ਸਨ ਤੇ ਇੱਕ ਸਾਡੇ ਪਿੰਡ ਸੀ ਤੁਹਾਡੇ ਪਿੰਡ ਸੀ ਜੀ ਹਾਂ ਸਹੀ ਹੋ ਗਿਆ ਤੇ ਜਿਹੜੇ ਸਕੂਲ ਦੇ ਵਿੱਚ ਤੁਸੀਂ ਪੜ੍ਹਦੇ ਸੀ ਉਸ ਵੇਲੇ 47 ਤੋਂ ਪਹਿਲੇ ਹਾਂ ਉਹ ਛੋਟਾ ਜਿਹਾ ਹੀ ਪੜ੍ਹਦਾ ਹਾਂ ਅੱਛਾ ਜੀ ਹਾਂ ਤੇ ਨਾਲ ਕੋਈ ਯਾਰ ਬੇਲੀਆਂ ਦੇ ਨਾਂ ਯਾਦ ਨੇ ਯਾਰ ਬੇਲੀਆਂ ਦੇ ਨਾਂ ਮੇਰਾ ਵੱਡਾ ਭਰਾ ਸੀ ਜਿਹੜਾ ਉਹ ਪੜ੍ਹਦਾ ਸੀ ਉਸ ਦਿਨ 10 ਕੀਤੀਆਂ ਸਨ ਕੀ ਨਾਂ ਸੀ ਉਹਨਾਂ ਦਾ ਮਮਨ ਨਜ਼ੀਰ ਮਮਨ ਨਜ਼ੀਰ ਹਾਂ ਉਹਦੇ ਨਾਲ ਸਾਡੇ ਪੜ੍ਹਦਾ ਹੁੰਦਾ ਸੀ ਉਹ ਕੰਧਾਰਾ ਸੀ ਇੱਕ ਹਾਂਜੀ ਅਤੇ ਇਸ ਤਰ੍ਹਾਂ ਇੱਕ ਸਰਦੂਲਾ ਸੀ ਇਸ ਤਰ੍ਹਾਂ ਮੁੰਡੇ ਬਥੇਰੇ ਪੜ੍ਹਦੇ ਨੇ ਇੱਕ ਦੇ ਨਾਂ ਸੀ ਕਪੂਰੀ ਸਹੀ ਸਹੀ ਟੀਚਰਾਂ ਦਾ ਮਾਸਟਰ ਰਹਿਮਤ ਅੱਲਾ ਹੁੰਦਾ ਸੀ ਮੱਤੇ ਦਾ ਤੇ ਹੋਰ ਸਿੱਖ ਮਾਸਟਰ ਵੀ ਹੈ ਸੀ ਕੋਈ ਨਹੀਂ ਇੱਕੋ ਹੀ ਮਾਸਟਰ ਸੀ ਪ੍ਰਾਇਮਰੀ ਸਕੂਲ ਸੀ ਉਹਦਾ ਪੜ੍ਹਾਈ ਦਾ ਇੰਨਾ ਸ਼ੌਕ ਸ਼ੂਕ ਕੋਈ ਨਹੀਂ ਸੀ ਕਿਸੇ ਨੂੰ ਹਾਂ ਇਸ ਤਰ੍ਹਾਂ ਨਹੀਂ ਕਰ ਸਨ ਠੀਕ ਹੋ ਗਿਆ ਜੀ ਹਾਂ ਪਰਲੇ ਪਾਸੇ ਉੱਥੇ ਵੀ ਸਾਡੀ ਜ਼ਮੀਨ ਹੈ ਉੱਥੇ ਨਾਰ ਦੇ ਉੱਤੇ ਮੇਲਾ ਮੁਲਾ ਤੇ ਛਿੰਝ ਪੈਂਦੀ ਸੀ ਸ਼ੌਕ ਭਲਵਾਨ ਬੜੇ ਸਨ ਸਾਡੇ ਪਿੰਡ ਦੇ ਕੋਈ ਮਸ਼ਹੂਰ ਭਲਵਾਨ ਦਾ ਨਾਂ ਦੱਸੋ ਪੁਰਾਣਾ ਭਗਤ ਸਿੰਘ ਸੀ ਨਾਂ ਮਾਂ ਸਿੰਘ ਦਾ ਪੁੱਤਰ ਬੜਾ ਵੱਡਾ ਇੱਕ ਅਰੋੜਾ ਸੀ ਕੁੰਦਨ ਉਹ ਲੱਤ ਤੇ ਸੱਡਾ ਵੀ ਚੜ ਜਾ ਤੇ ਡਿੱਗ ਪੈਂਦਾ ਸੀ ਮਤਲਬ ਉਹ ਲੱਤ ਤੇ ਕੁਛ ਹੈ ਚੜ ਜਾ
ਜੇ ਹਾਲਾਤ ਦਾ ਫਰਕ ਹੋਵੇ ਭਲਵਾਨਾਂ ਦਾ ਤੇ ਉਹਨੂੰ ਗਿਰਾ ਦਿੰਦਾ ਸੀ। ਇੱਕ ਸੌਂਸੀ ਹੁੰਦਾ ਸੀ ਖੁਸ਼ੀ ਨਾਂ ਸਾਸੂ, ਉਹ ਵੀ ਬੜਾ ਮੋਟਾ ਭਲਵਾਨ ਸੀ। ਬਦਰ ਉੱਤੇ ਦੇ ਇੱਕ ਨਾਈ ਸੀ ਕਾਕਾ ਮੁਰਾਦ, ਕਾਕਾ ਕਾਕਾ ਨੂੰ ਆਉਂਦੇ ਸਨ। ਇੱਥੇ ਭਲਵਾਨ ਬਹੁਤ ਹੀ ਹੁੰਦੇ ਸਨ, ਮੰਦੇ ਚੰਗੇ, ਜਿਵੇਂ ਕੋਈ ਨਵੀਂ ਗਰਾਨੀ ਮੇਈ ਸਨ। ਅੰਮ੍ਰਿਤਸਰੋਂ ਉੱਥੋਂ ਕੋਲੋਂ ਲੋਕ ਆਉਂਦੇ ਹੁੰਦੇ ਸਨ, ਸਿਆਲਕੋਟੋਂ ਆਉਂਦੇ ਹੁੰਦੇ ਸਨ, ਦੂਰੋਂ ਦੂਰੋਂ ਆਉਂਦੇ ਸਨ। ਉਹ ਮਾਂ ਮੀਰਾਂ ਦਾ ਮੇਲਾ ਕਦੋਂ ਹੁੰਦਾ ਸੀ? ਪਾਦਰੋਂ ਚ ਹੁੰਦਾ ਸੀ। ਬਾਜ਼ੀਗਰ ਅੱਜ ਸਪਾਗ ਨਸ਼ੌਰੇ ਵਾਲੇ ਸਾਦਾ ਹੁੰਦਾ ਸੀ, ਇੱਥੇ ਤਾਂ ਕੋਈ ਨਿਸ਼ਾਨਾ ਹੁੰਦੇ। ਬੇਲਾ ਸਿੰਘ ਓਹਦੀ ਸੌਕਮਾ ਜ਼ਮੀਨ ਸੀ। ਮੇਰੇ ਬਜ਼ੁਰਗਾਂ ਦੀ 12 ਮਰਬੇ ਤਲਕਾਤ ਮੁਸਲਮਾਨਾਂ ਦੇ ਸਿੱਖਾਂ ਦੇ ਸਰਾਂ ਦੇ ਹੁੰਦੇ ਸਨ। ਖਾਣਾ ਪੀਣਾ ਭਾਵੇਂ ਨਾ, ਆਮ ਲੋਕ ਤੇ ਖਾ ਲੈਂਦੇ ਸਨ, ਤੇ ਜਿਹੜਾ ਸ਼ਾਦੀ ਹੋਣੀ ਹੈ ਕਿਸੇ ਦੀ ਲੜਕੀ ਦੀ ਤੇ ਇੱਥੋਂ ਦੇ ਮੁਸਲਮਾਨਾਂ ਉੱਥੇ ਜਾਣਾ ਬਹਿਣਾ, ਤੇ ਜੇ ਇੱਧਰ ਹੀ ਹੋਣੇ ਨੇ ਉਹਨਾਂ ਨੇ ਸਿੱਖਾਂ ਇੱਥੇ ਆਉਣਾ, ਤੇ ਹਲਵੇ ਸ਼ਲਵੇ ਖਾ ਲੈਂਦੇ ਸਨ। ਤੇ ਜਿਹੜੇ ਮੇਰੇ ਕੋਲ ਸਿੱਖ ਆਉਂਦੇ ਰਹੇ ਨੇ, ਮੰਗਲ ਸਿੰਘ ਜਿਹੜਾ ਸੀ ਉਹ ਇੱਥੇ ਵੀ ਹਲਾਲ ਖਾਂਦਾ ਸੀ, ਤੇ ਇੱਥੇ ਮੇਰੇ ਕੋਲ ਆਉਂਦਾ ਸੀ ਤੇ ਉਦੋਂ ਵੀ ਹਲਾਲ ਖਾਂਦਾ ਸੀ। ਤੁਹਾਡੇ ਕੋਲ 47 ਤੋਂ ਬਾਅਦ ਸਿੱਖ ਆਏ ਨੇ? ਇੱਕ ਵਾਰ, ਬੜੀ ਵਾਰ। ਪਹਿਲਾਂ ਕੋਈ ਥੋੜਾ ਚਿਰ ਰੌਲਾ ਪੈ ਗਿਆ ਸੀ, ਬਾਹਰੋਂ ਬਾਰ 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 ਰੌਲਾ, ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ, ਤੇ ਉਹ ਸਿੱਖ ਜਿਹੜੇ ਆਮ ਆਣ ਕੇ ਸਾਡੇ ਪਿਓ ਕੋਲ ਬਹਿੰਦੇ ਹੁੰਦੇ ਸਨ, ਤੇ ਉਹਨਾਂ ਆਖਣਾ ਲੰਬਰਾ ਕੀ ਤੂੰ ਜਿਹੜਾ ਲਿਆ, ਇਹ ਹੋ ਸਕਦਾ? ਉਹ ਮਜ਼ਾਕ ਸਮਝਦੇ ਸੀ ਇਸ ਗੱਲ ਨੂੰ, ਬਸ ਕਿੱਥੇ ਜਾਣਦੇ, ਇੱਥੇ ਕੋਈ ਆ ਸਕਦਾ? ਬਸ ਇਹੋ ਜਿਹੀਆਂ ਗੱਲਾਂ ਕਰਦੇ ਹਨ। ਜਦੋਂ ਫਿਰ ਹੋ ਗਿਆ ਵਟਾਰਾ, ਉਦੋਂ ਫਿਰ ਇੱਥੋਂ ਕਿਸ ਟਾਈਮ ਨਿਕਲੇ, ਕਿੱਦਾਂ ਨਿਕਲੇ? ਉਹ ਜਦੋਂ ਵੰਡ ਵੰਡਾਰਾ ਹੋ ਗਿਆ, ਤੇ ਜਿਹੜਾ ਮੰਗਲ ਸਿੰਘ ਵਾਘਾ ਸੀ ਨਾ, ਉਹਦਾ ਪਿਓ ਬਿਮਾਰ ਸੀ, ਉਹ ਇੱਥੇ ਉਹਨੂੰ ਸਾਡੇ ਕੋਲ ਛੱਡ ਗਿਆ, ਮੈਂ ਪੂਰਾ ਜਿਹਾ ਸਾਂ ਉਦੋਂ, ਤੇ ਸਾਰਾ ਪਿੰਡ ਇੱਥੋਂ ਨਿਕਲ ਗਿਆ ਸੀ, ਖਾਨ ਮੁਸਲਮਾਨ ਟੁੱਟ ਗਿਆ ਸੀ ਸਾਰਾ ਪਿੰਡ, ਮੈਂ ਤੇ ਮੇਰਾ ਪਿਓ ਤੇ ਇੱਕ ਸਾਡਾ ਨਾਈ ਸੀ ਵਰਚੀ, ਉਹ ਇੱਥੇ ਰਹਿ ਗਿਆ ਸੀ, ਤੇ ਉਹ ਜਿਹੜਾ ਸੀ ਨਾ ਮੰਗਲ ਸਿੰਘ ਦਾ ਪਿਓ, ਉਹ ਸਾਡੇ ਕੋਲ 15 ਦਿਨ ਰਿਹਾ ਸੀ। 15 ਦਿਨ ਰਹਿ ਕੇ ਤੇ ਫਿਰ ਝੂੜਕਾਣੇ ਕੈਂਪ ਲੱਗਾ ਸੀ, ਝੂੜਕਾਣੇ ਕੈਂਪ ਲੱਗਾ ਸੀ, ਤੇ ਫਿਰ ਉਹ ਟੁਰ ਗਏ ਸਨ ਕੈਂਪੇ ਚ। ਨਹੀਂ ਜੀ, ਉਹਨਾਂ ਦਾ ਵਾਲਦ ਸਾਹਿਬ ਜਿਹੜਾ ਸੀ ਉਹਨੂੰ ਆਪ 15 ਦਿਨੀ ਲੈ ਗਏ ਸਨ, ਜਦੋਂ ਆ ਕੇ ਜਦੋਂ ਜਾਣ ਲੱਗੇ ਸਨ, ਤੇ ਕੋਈ ਸਾਡੇ ਪਿੰਡ ਚ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ, ਨਾ ਕਿਸੇ ਬੰਦੇ, ਇੱਥੇ ਸਿੱਖ ਨੇ ਇੱਥੇ ਆਣ ਕੇ ਮੁਸਲਮਾਨਾਂ ਨੂੰ ਕੋਈ ਕੋਈ ਗੱਲ ਨਹੀਂ ਕੀਤੀ, ਕਰਾਈ ਨਹੀਂ, ਕੋਈ ਜਥਾ ਜੁਥਾ ਨਹੀਂ ਆਇਆ। ਹੋਰ ਜਥੇ ਜੁਥੇ ਆਉਂਦੇ ਸਨ, ਤੇ ਜਿਹੜੇ ਸਾਡੇ ਪਿੰਡ ਦੇ ਬੰਦੇ ਜਿਹੜੇ ਸਨ ਬੜੇ ਭਾਰੇ ਸਨ, ਬੜੇ ਬਦਮਾਸ਼ ਸਨ, ਤੇ ਉਹ ਲਾਂਭੇ ਟੁਰ ਜਾਣਾ, ਇੱਧਰੋਂ ਲੰਘ ਜਾਣਾ, ਇੱਧਰੋਂ ਲੰਘ ਜਾਣਾ, ਇੱਥੇ ਕਿਸੇ ਨੂੰ ਮਿਲ ਮਾਲ ਕੇ ਟੁਰ ਜਾਣਾ, ਵੈਸੇ ਕੋਈ ਗੱਲ ਨਹੀਂ ਕਰਨੀ ਨਾ।
ਤੇ ਜਿਹੜੇ ਕੋਈ ਖੱਤਰੀ ਖੁੱਤਰੀ ਸਨ ਉਹਨਾਂ ਨੂੰ ਉਸ ਵੱਡੇ ਪਿੰਡ ਦੇ ਵਿੱਚ ਕੰਮੀ ਬਥੇਰੇ ਹੁੰਦੇ ਸਨ, ਉਹਨਾਂ ਕੋਲ ਇੱਕ ਦੋ ਮਾਈਆਂ ਤੇ ਕੋਈ ਖੱਤਰੀ ਮਾਰ ਮੂਰ ਕੇ ਖੂਹਾਂ 'ਚ ਸੁੱਟ ਛੱਡੇ ਸਨ। ਖੱਤਰੀਆਂ ਨੂੰ, ਖੱਤਰੀਆਂ ਦੀਆਂ ਮਾਈਆਂ ਦੌਲੋ ਦੰਦ ਜਿਹੜੇ ਕੋਈ ਸਨ, ਉਹ ਸਿੱਖਾਂ ਕੋਈ ਗੱਲ ਨਹੀਂ ਕੀਤੀ। ਸਿੱਖਾਂ ਨਾ ਇੱਥੇ ਮਾਰਨ ਦਿੱਤਾ ਤੇ ਨਾ ਮੋਇਆ ਹੀ ਕੋਈ। ਅੱਛਾ ਜੀ, ਇਸ ਪਿੰਡ ਦੇ ਵਿੱਚ ਆਲੇ ਦੁਆਲੇ ਖੂਹ ਕਿਹੜੇ ਚੱਲਦੇ ਸਨ? ਖੂਹ ਚੱਲਦੇ ਸਨ, ਹੁਣ ਖੂਹਾਂ ਦਾ ਨਾਂ ਦੱਸੀਏ। ਖੂਹਾਂ ਦਾ ਨਾਂ ਸੀ ਇੱਕ, ਇੱਥੇ ਅੱਜ ਜਦੋਂ ਤੁਸੀਂ ਆਏ ਹੋ ਇਹਦਾ ਨਾਂ ਸੀ ਕੋਲ ਥੇ ਸੀ ਪੁਰਾਣਾ ਪਿੜ ਵਾਲਾ, ਇੱਕ ਇੱਧਰ ਸਾਡੀ ਮੇਰੀ ਕੰਡ ਦੇ ਪਿੱਛੇ ਖੂਹ ਸੀ ਧੰਨੇ ਵਾਲਾ, ਇੱਕ ਸਾਡੇ ਪਿਓ ਲਵਾਇਆ ਸੀ ਨਵਾਂ ਖੂਹ ਨੂੰ ਸਾਡੇ ਸਨ, ਇੱਕ ਮਤਲਬ ਸ਼ੇਹ ਵਾਲਾ ਉਹ ਸਿੱਖਾਂ ਦਾ ਸੀ, ਬਾਬਾ ਡੇਰੇ ਸਨ ਇਹਨਾਂ ਦੇ ਵਾਸਤੇ, ਬੜੀਆਂ ਬੜੀਆਂ ਸਿੱਖਾਂ ਮੱਝੀ ਰੱਖੀਆਂ ਹੁੰਦੀਆਂ ਸਨ ਤੇ ਉਦੋਂ ਦੁੱਧ ਸ਼ੁੱਧ ਲੋਕਾਂ ਨੂੰ ਵੇਚਣ ਦਾ ਪਤਾ ਨਹੀਂ ਸੀ, ਤੇ ਘੋੜੀਆਂ ਚੰਗੀ ਤੋਂ ਚੰਗੀ ਘੋੜੀਆਂ ਘੋੜੀਆਂ ਦਾ ਬਾਬਾ ਬਹੁਤ ਸ਼ੌਕ ਸੀ। ਜਦੋਂ ਹਿੰਦੁਸਤਾਨ ਵਿੱਚ ਆਣ ਕੇ ਤੇ ਮੇਰੇ ਕੋਲੋਂ ਇੱਥੋਂ ਕਾਠੀਆਂ ਲਿਜਾਂਦੇ ਰਹੇ ਨੇ, ਪਿੰਡੀ ਭੱਟੀਆਂ ਦੀਆਂ ਕਾਠੀਆਂ ਮਸ਼ਹੂਰ ਹੁੰਦੀਆਂ ਸਨ, ਉਹਨਾਂ ਨੂੰ ਮੈਂ ਕਾਠੀਆਂ ਬਨਵਾ ਬਨਵਾ ਕੇ ਦਿੰਦਾ ਹੁੰਦਾ ਸਾਂ। ਇਹ ਤਾਂ 15-16 ਸਾਲਾਂ ਦੀ ਗੱਲ ਮੈਂ ਕਰਨਾ ਪਿਆ, ਕਾਠੀਆਂ ਆਉਂਦੇ ਸਨ ਬਨਵਾ ਕੇ ਦੇਣੀਆਂ। ਇਹ ਤੇ ਮੇਰੇ ਕੋਲ ਮੰਗਲ ਸਿੰਘ ਆਇਆ, ਈਸਰ ਸਿੰਘ ਆਇਆ, ਦੀਵਾਨ ਆਇਆ ਜਿਹੜਾ ਸੀ ਬਾਬਾ ਸਾਡੇ ਕੋਲ, ਉਹਦਾ ਪਤਰੀਆ ਸੀ ਸਰਦੂਲਾ, ਉਹ ਆਇਆ ਇੱਕ ਕੀ ਜਿਹਦਾ ਜਿਹੜਾ ਹੁਣ ਕਾਠੀਆਂ ਲਗਾਇਆ ਸਨ ਉਹ ਗਿੱਲ ਕੂਕਾ ਮਾੜੀ ਪਿੰਡਰਾਂ ਦੀ ਮੇਰੇ ਕੋਲ ਸਿੱਖ ਆਏ ਪਿੰਡਰਾਂ, ਉਹਨਾਂ ਦੇ ਨਾਲ ਸਾਲਾਂ ਦੇ ਨਾਲ ਰਲ ਕੇ ਤੁਹਾਡੇ ਕੋਲ ਮੇਰੇ ਕੋਲ ਕੁਆਟਰ 7-7 ਦਿਨ, 5-5 ਦੋ ਦਿਨ, ਇੱਕ ਦਿਨ। ਕਿਹੜੇ ਕਿਹੜੇ ਇਲਾਕੇ 'ਚ ਵਸੇ ਨੇ ਜਾ ਕੇ ਉਹਨਾਂ ਦੱਸਿਆ ਤੁਹਾਨੂੰ? ਉਹਨਾਂ ਦੱਸਿਆ ਜੀ ਕੁਛ ਤੇ ਵਸੇ ਨੇ ਜ਼ਿਲ੍ਹਾ ਕਰਨਾਲ, ਪਿੰਡ ਡਬਰੀ, ਪਿੰਡ ਡਬਰੀ, ਹਾਂ ਡਿਬਰੀ ਕੀ ਡਬਰੀ ਡਿਬਰੀ ਜੀ ਕਰ ਲਓ। ਅੱਛਾ, ਤੇ ਡਬ ਜ਼ਿਆਦਾ ਕਰਨਾਲੇ 'ਚ ਨੇ, ਤੁਸੀਂ ਪਰਾਂ ਪੁਰਾਂ ਵੀ ਕਿਰਿਆ ਹੈ ਹੀ ਸਾਨੇ ਕੀ ਦੱਸਦੇ ਨੇ ਜਿਹੜੀ ਉਹਨਾਂ ਦੀ ਇੱਥੇ ਭੋਏ ਜ਼ਮੀਨ ਹੈ ਸੀ, ਹਾਂ ਉਹਨਾਂ ਨੂੰ 19 ਮਿਲੀ ਜਾ ਕੇ ਘੱਟ ਮਿਲੀ, ਘੱਟ ਮਿਲੀ, ਘੱਟ ਮਿਲੀ, ਹਾਂ ਉਹ ਦੱਸਦੇ ਸਨ ਵੀ ਸਾਡੇ ਵਾਸਤੇ ਉੱਥੇ ਸਹੂਲਤਾਂ ਬੜੀਆਂ ਨੇ ਕਿ ਸਾਨੂੰ ਬਿਜਲੀ ਦੀ ਮੋਟਰ ਦੀ ਲੋੜ ਹੈ ਨਾ ਤੇ ਸਾਨੂੰ ਦਰਖਾਸਤ ਦੇਣੀ ਹੈ ਤੇ ਉਹਨਾਂ ਨੂੰ ਥਾਂ ਵਿਖਾ ਦੇਣਾ, ਇੱਕ ਕੁੱਲੀ ਛੱਤ ਦੇਣੀ ਹੈ, ਬਾਕੀ ਫਿਰ ਉਹ ਨਹੀਂ ਜਾਣਾ ਤੇ ਜ਼ਰਾਇਤ ਦਾ ਬਿੱਲ ਸਾਨੂੰ ਕੋਈ ਨਹੀਂ ਆਉਂਦਾ। ਐਡੀਆਂ ਸਹੂਲਤਾਂ ਨੇ ਤੇ ਅਸਾਂ ਆੜ ਥਾਂ 'ਤੇ ਜਾ ਕੇ ਮਾਲ ਨਹੀਂ ਵੇਚਣਾ, ਜਿਹੜੇ ਵੱਡੇ ਪਿੰਡ ਨੇ ਨਾ ਉੱਥੇ ਗੌਰਮੈਂਟ ਦੀ ਡੀਪੂ ਖਾਦ ਦੇ ਵੀ ਅਤੇ ਹਰ ਸ਼ਾਇਦ ਮਤਲਬ ਜ਼ਰੀ ਦੀ ਉੱਥੇ ਸਾਨੂੰ ਮਿਲਣੀ ਹੈ, ਜਿਸ ਵੇਲੇ ਫਸਲ ਪੱਕਣਾ ਉਹਨਾਂ ਆ ਜਾਣਾ, ਉਹਨਾਂ ਸਾਨੂੰ ਲੱਦ ਕੇ ਲੈ ਜਾਣਾ ਅਤੇ ਜਿੰਨਾ ਉਹਨਾਂ ਦੇ ਪੈਸੇ ਆਉਣੇ ਉਹਨਾਂ ਕੱਟ ਲੈਣੇ ਨੇ, ਬਾਕੀ ਤਾਂ ਸਾਨੂੰ ਉੱਥੇ ਨਕਦ ਪੇਮੈਂਟ ਕਰ ਦੇਣੀ ਹੈ। ਹੋਰ ਇਹਨਾਂ ਸਿੱਖਾਂ ਤੋਂ ਇਲਾਵਾ ਤੁਹਾਡਾ ਜਿਹੜਾ ਕੋਈ ਹਮ ਜਮਾਤੀ ਕਲਾਸ ਵਾਲਾ ਕਲਾਸ ਫੈਲੋ ਜਾਂ ਕੋਈ ਯਾਰ ਬੇਲੀ ਹੋ ਵੀ ਆਇਆ ਤੁਹਾਡੇ ਕੋਲ ਮਿਲਣ ਜਾਂ ਰਾਬਤਾ ਹੋਇਆ ਤੁਹਾਡਾ? ਯਾਰ ਬੇਲੀ ਦੇ ਹੁਣ ਨਾਮ ਹੀ ਭੁੱਲ ਦੇਣ ਬਈ, ਯਾਰ ਬੇਲੀ ਤੇ ਤੁਹਾਨੂੰ ਦੱਸਿਆ ਇੱਕ ਮਾੜੀ ਪਿੰਡਰਾਂ ਦਾ ਸੀ, ਇਹ ਕਾਲੀ ਤਤਲੇ ਦਾ ਸੀ, ਯਾਰ ਸੀ, ਹਾਂ ਯਾਰ ਦੋਸਤ ਸੀ ਤੇ ਉਹ ਵੀ ਬਸ ਆਉਂਦੇ ਉਹਨਾਂ ਨਾਲ ਰਲ ਕੇ ਸਨ ਸਾਡੇ ਪਿੰਡ ਵਾਲਿਆਂ ਨਾਲ, ਮੈਂ ਉਹਨਾਂ ਨੂੰ ਚੂੜਕਾਣੇ ਲਿਆਉਂਦਾ ਰਿਹਾ। ਉਦੋਂ ਜਦੋਂ ਮੋਏ ਨੇ ਇੰਦਰਾ ਨੂੰ ਮਾਰਿਆ ਨੇ ਉਦੋਂ ਦਾ ਇੱਕ ਮਿਰਜ਼ੇ ਵਿਰਕਾਂ ਦਾ ਉੱਥੋਂ ਉਹਦਾ ਨਾਂ ਸੀ, ਅਸੀਂ ਉਹਨੂੰ ਜਾ ਕੇ ਇੱਥੇ ਪੱਗ ਦੇ ਨਹੀਂ ਰਤਨ ਵਿਰਕ, ਉਹ ਗੁਰਮੂ ਇੱਥੋਂ ਦਾ ਸੀ ਮਿਰਜ਼ੇ ਵਿਰਕਾਂ ਦਾ, ਉਹਨੂੰ ਅਸੀਂ ਉੱਥੇ ਜਾ ਕੇ ਮਿਲੇ ਮੁਲੇ ਸਾਂ, ਉਹ ਇੱਥੇ ਸਾਡੇ ਕੋਲ ਵਿਰਕ ਵਿਰਕ ਕਰਕੇ ਤੇ ਇੱਥੇ ਆਉਂਦਾ ਹੁੰਦਾ ਸੀ, ਫਿਰ ਉਹ ਸਾਨੂੰ ਆ ਕਿਹਾ ਤੁਹਾਨੂੰ ਮੇਲਾ ਵਿਖਾਉਂਦਾ। ਇਹ ਥੋੜ੍ਹੇ ਚਿਰ ਦੀ ਇਹ ਗੱਲਾਂ ਨੇ, ਕੋਈ 15-16 ਵਰਿਆਂ ਦੀਆਂ, ਅਤੇ ਉਹਦੀ ਇੱਕ ਬੀਵੀ ਕਨੇਡਾ 'ਚੋਂ ਆਈ ਉੱਥੇ ਨਨਕਾਣੇ, ਤੇ ਉਹ ਜਿਹੜਾ ਮੇਰਾ ਪਤਰਿਆ ਉਹਦਾ ਕਿਹਾ ਭਾਬੀ ਤੂੰ ਕਿੱਥੇ ਖਜੀ ਆਉਂਦੀ ਫਿਰਨੀ ਹੈ, ਉਹਦਾ ਕਿਹਾ ਵੀਰ ਧਰਮ ਪਿੱਛੇ ਹੀ ਲੱਗੀ ਫਿਰਨੀ ਆ, ਫਿਰ ਮੈਂ ਵੀ ਹਿੰਦੁਸਤਾਨ 'ਚ ਟੁਰ ਗਏ ਸਨ ਕਨੇਡਾ, ਅਤੇ ਕਨੇਡਾ ਤੋਂ ਵੀਜ਼ਾ ਲੈ ਕੇ ਅਤੇ ਇਹਨੂੰ ਮਿਲਣ ਆਈ ਹਾਂ।
ਅੱਛਾ ਉਸ ਵੇਲੇ ਜਦੋਂ ਸਿੱਖ ਚਲਾ ਇੱਧਰ ਆ ਗਿਆ ਉਹਦੀ ਬੇਗਮ ਉੱਧਰ ਚਲੀ ਗਈ ਬੇਗਮ ਤਾਂ ਪਹਿਲੇ ਉੱਥੇ ਸੀ ਨਾ ਇਹ ਹਿੰਦੁਸਤਾਨ ਦੇ ਵੇਲੇ ਦੀ ਗੱਲ ਹੈ ਨਾ ਉੱਥੇ ਉਹਨਾਂ ਦਾ ਕਿਸੇ ਗਾਣੇ ਆ ਜਿਹੜਾ ਤੁਸੀਂ ਆਉਂਦੇ ਨਾ ਆਉਂਦੇ ਆਉਂਦੇ ਬੜੇ ਰਹੇ ਨੇ ਹਾਂਜੀ ਸਹੀ ਸਹੀ ਹਾਂ ਹੁਣ ਦੱਸੋ ਇੱਕ ਬਜ਼ੁਰਗ ਤੁਹਾਡੇ ਕੋਲ ਰਹਿ ਗਏ ਸਨ ਇੱਥੇ ਉਹਨਾਂ ਦੀ ਸਟੋਰੀ ਸੁਣੀ ਉਹਨਾਂ ਬਾਰੇ ਦੱਸੋ ਕਿਹੜੇ ਬਜ਼ੁਰਗ ਰਹਿ ਗਏ ਸਨ ਤੁਹਾਡੇ ਕੋਲ 47 ਤੋਂ ਬਾਅਦ ਸੁਣਦਾ ਉਹਦੇ ਨਾਲ ਤੁਹਾਨੂੰ ਦੱਸਿਆ ਵਸਾਵਾ ਸਿੰਘ ਸੀ ਵਸਾਵਾ ਸਿੰਘ ਆਹ ਉਹਨਾਂ ਦੀ ਕੀ ਸਟੋਰੀ ਸੀ ਕਿੱਦਾਂ ਕਿੱਦਾਂ ਉਹ ਸਟੋਰੀ ਉਹ ਸੀ ਕਿ ਜਿਹੜੇ ਉਹ ਟੁਰ ਗਿਆ ਸਨ ਨਾ ਸਿੱਖ ਟੁਰ ਗਿਆ ਸਨ ਨਾ ਹਾਂਜੀ ਤੇ ਉਹ ਇਕੱਲਾ ਰਹਿ ਗਿਆ ਉਹ ਕਿਹਨਾਂ ਦੇ ਵਿੱਚੋਂ ਸੀ ਬਾਬਾ ਉਹ ਵਿਰਕਾਂ ਚੋਂ ਸੀ ਵਿਰਕ ਸੀ ਅੱਛਾ 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 ਆਹ ਮੁਸਲਮਾਨ ਉਹ ਰਹਿ ਗਿਆ ਇੱਥੇ ਤੇ ਉਹ ਪੀਰਾਂ ਕਾਬੂ ਕਰ ਲਿਆ ਇੱਥੋਂ ਦੇ ਸਨ ਪੀਰ ਤੁਹਾਡੇ ਲੱਗਦਾ ਸੀ ਬਾਬਿਆਂ ਦਾ ਮੈਂ ਪੀਰਾਂ ਫਕੀਰਾਂ ਨੂੰ ਏਡਾ ਮੰਨਣ ਵਾਲਾ ਮੈਨੂੰ ਇੰਨਾ ਕੋਈ ਨੀ ਪਤਾ ਅੱਛਾ ਮਤਲਬ ਬਸ ਉਹ ਫਿਰ ਸਾਡੇ ਕੋਲ ਰਿਹਾ ਹੈ 10-12 ਵਰੇ ਬਾਬਾ ਜੀ ਆਹ ਉਹਨਾਂ ਨੂੰ ਲੈਣ ਨੀ ਆਇਆ ਲੈਣ ਉਹ ਸੀ ਬਣਾ ਲਈ ਸੀ ਉਹ ਕੀ ਸਾਦੇ ਹੋ ਰਹਿਣ ਇੱਥੇ ਲਾ ਹੋਗਾ ਕਸੋਡੀਅਮ ਦੀ ਮਨਜ਼ੂਰੀ ਲੈ ਕੇ ਇੱਥੇ ਰਹਿ ਗਿਆ ਬਾਬਾ ਜੀ ਇੱਥੇ ਰਹਿ ਗਏ ਸੰਨ 47 ਚ ਉਹਨਾਂ ਅੱਗੇ ਪੀਰਾਂ ਕਾਬੂ ਕਰ ਲਿਆ ਉਹਨੂੰ ਉਹਦੇ ਨਾਲ ਜ਼ਮੀਨ ਦਾ ਤਬਾਦਲਾ ਮੰਗੋ ਕੀ ਲੱਗ ਪਿਆ ਕਰਨ ਉਹਨਾਂ ਦੀ ਮੰਗੋ ਕੀ ਜ਼ਮੀਨ ਸੀ 28 ਕਿੱਲੇ ਰਹਿੰਦੇ ਇੱਥੇ ਸੀ ਉਹਦੇ ਨਾਲ ਤਬਾਦਲਾ ਤਬੂਦਲਾ ਕਰ ਲਿਆ ਉਹਨਾਂ ਨੇ ਉੱਥੋਂ ਤੁਹਾਨੂੰ ਦੱਸਿਆ ਹੈ ਬਈਸ਼ਰ ਸਿੰਘ ਮੰਗਲ ਸਿੰਘ ਤਖਤ ਸਿੰਘ ਆਏ ਤੇ ਉਹਨਾਂ ਆਖਿਆ ਸਾ ਤੇ ਇੱਕ ਉਹਦਾ ਸੱਕਾ ਪਤਰੀਆ ਆਇਆ ਉਸ ਆਖਿਆ ਸਾ ਉਹਨੂੰ ਮਿਲਣਾ ਬਾਬੇ ਨੂੰ ਵਿਸਾਵਾ ਸਿੰਘ ਨੂੰ ਪੀਰਾਂ ਨੂੰ ਲੁਕਾ ਛੜਿਆ ਨਾ ਮਿਲਣ ਦਿੱਤਾ ਤੇ ਸਿੱਖਾਂ ਮੈਨੂੰ ਇਹ ਗੱਲ ਆ ਕਿ ਵੀ ਜੇ ਤੁਸੀਂ ਵਿਰਕ ਹੁੰਦੇ ਹੋ ਤੇ ਅੱਜ ਦੇ ਨਾਂ ਸਾਡੇ ਨਾਲ ਇਸ ਤਰ੍ਹਾਂ ਹੁੰਦੀ ਉਹ ਫਿਰ ਪੀਰਾਂ ਤੋਂ ਮੈਂ ਵਾਹ ਕਰ ਲਿਆ ਬਾਬਾ ਜੀ ਨੂੰ ਬਈ ਬਾਬਾ ਸਾਡਾ ਤੇ ਤੁਸੀਂ ਕੀ ਲੱਗਦੇ ਹੋ ਅਸੀਂ ਫਿਰ ਮੇਰੇ ਤੇ ਪਰਚਾ ਹੋ ਗਿਆ ਮੇਰੇ ਤੇ ਚੋਰੀ ਨਜ਼ੀਰ ਤੇ ਮੇਰੇ ਭਰਾ ਤੇ ਪਰਚਾ ਹੋ ਗਿਆ ਤੇ ਫਿਰ ਕੇਸ ਲੱਗ ਪਿਆ ਚੱਲਣ ਕਿਲੇ ਉਹ ਫਿਰ ਕੇਸ ਚੱਲਦਾ ਰਿਹਾ ਰੈਵਨਿਊ ਬੋਰਡ ਤੱਕ ਗਿਆ ਰੈਵਨਿਊ ਬੋਰਡ ਤੱਕ ਜਾ ਕੇ ਜ਼ਮੀਨ ਹੋ ਗਈ ਬਾਬੇ ਦੇ ਹੱਕ ਚ ਬਜ਼ੁਰਗ ਦੇ ਹੱਕ ਚ ਹੋ ਗਈ ਅੱਛਾ ਬਜ਼ੁਰਗ ਦੇ ਹੱਕ ਚ ਹੋ ਗਈ ਤਬਾਦਲਾ ਨਹੀਂ ਤੇ ਜਿਹੜੇ ਮਾਜਰ ਆਏ ਸਨ ਉਹਨਾਂ ਯੂਨਿਟ ਪਵਾਏ ਸਨ ਉਹਨਾਂ ਨੂੰ ਆਖਿਆ ਬਈ ਤੁਹਾਡੇ ਵੀ ਯੂਨਿਟ ਘਰ ਲਾਹਮੇ ਜਾ ਕੇ ਪਵਾਓ ਆਹ ਵਿੱਚੋਂ ਪਵਾ ਲਈ ਸੀ 22 ਕਿੱਲੇ ਉਹਨਾਂ ਆਖਿਆ ਬਈ ਤੁਸੀਂ ਲਾਹਮੋ ਜਾ ਕੇ ਪਵਾਓ ਸ਼ਾਹ ਨੂੰ ਆਖਿਆ ਤੇਰਾ ਤਬਾਦਲਾ ਕੋਈ ਨੀ ਤੇ ਬਾਬਾ ਮਾਮਦੀਨ ਜਿਹੜਾ ਵਿਸਾਵਾ ਸਿੰਘ ਮਾਲਕ ਹੈ ਆਹ ਮਾਮਦੀਨ ਰੱਖ ਲਿਆ ਸੀ ਫਿਰ ਉਹ ਸਾਡੇ ਕੋਲ 5-10 ਵਰੇ ਰਿਹਾ ਫਿਰ ਉਹ ਤੋਂ ਸਿੱਖ ਆਉਂਦੇ ਰਹੇ ਨੇ ਮਿਲਦੇ ਮਿਲਾਉਂਦੇ ਰਹੇ ਨੇ ਫਿਰ ਉਹ ਮਰ ਗਿਆ ਇੱਥੇ ਫੌਤ ਹੋਇਆ ਇੱਥੇ ਉਹਦੀ ਕਬਰ ਹੈ ਹਾਂ ਹੁਣ ਉਹ ਜ਼ਮੀਨ ਸਾਡੇ ਕੋਲ ਹੀ ਮੈਂ ਉਦੋਂ ਨਾ ਇੱਕਾ ਬਾਲ ਸਾਂ ਤੇ ਨਾ ਏਡਾ ਕੰਮਾਂ ਚ ਪਿਆ ਸਾਂ ਮੈਨੂੰ ਜੋ ਉਦੋਂ ਲੱਗਦਾ ਸੀ ਨਾ ਸ਼ਰਮ ਹਈਆ ਭਾਵੇਂ ਗੈਰ ਮਜ਼ਹਬ ਸਨ ਉਹ ਗੱਲ ਕੋਈ ਨਹੀਂ
ਇਹ ਲਿਖ ਲੈ ਲਿਖਣੀਆਂ ਦੇ ਇਨਸਾਨੀ ਹਮਦਰਦੀ ਬੇਹਯਾਈ ਇਹਦੇ ਖਿਲਾਫ ਸਨ। ਇੱਕ ਤਖਤ ਸਿੰਘ ਨੰਬਰਦਾਰ ਹੁੰਦਾ ਸੀ ਉਸ ਪਿੰਡ 'ਚ, ਮੈਂ ਸ਼ਰਭ ਸਿੰਘ ਨੰਬਰਦਾਰ ਉਹਦਾ ਪੁਤਰੀਆ ਸੀ ਤਖਤ ਸਿੰਘ। ਉਦੋਂ ਪੁੱਤਰਾ ਕੋਈ ਨਹੀਂ ਜਾਣ, ਮੋਟਰਾਂ ਡੌਂਕੀ ਮੋਟਰਾਂ ਫਲਾਣੀਆਂ ਟਿੰਗਰੀਆਂ ਖੂਹੀਆਂ ਸਨ, ਅਤੇ ਖੂਹੀ ਤੋਂ ਨਹਾ ਕੇ ਗੁਰਦੁਆਰਿਓਂ ਜਿਵੇਂ ਅਸੀਂ ਮੁਸਲਮਾਨ ਮਸੀਤਾਂ 'ਚੋਂ ਨਹਾ ਆਉਂਦੇ ਸਨ, ਅਤੇ ਵਾਲ ਸੁੱਟ ਕੇ ਇਹ ਝੂਠ ਦੀ ਨਹੀਂ ਸੁਣੀ ਸੁਣਾਈ ਨਹੀਂ, ਇਹ ਬਿਲਕੁਲ ਸੋਲ੍ਹਾਂ ਆਨੇ ਨੇ ਅਤੇ ਉਹ ਲਗਾ ਜਾਂਦਾ ਸੀ। ਅਤੇ ਸ਼ਰਮ ਸਿੰਘ ਜਿਹੜਾ ਸੀ ਨਾ ਉਹ ਉੱਧਰੋਂ ਘਰ ਵੱਲੋਂ ਲਗਾ ਹੁੰਦਾ ਸੀ ਗੁਰਦੁਆਰੇ ਨੂੰ, ਅਤੇ ਪਤਰੀਏ ਨੂੰ ਵੇਖਿਓ ਸੂ, ਪਤਰੀਏ ਦਾ ਪਿਓ ਮਰ ਗਿਆ ਸੀ, ਇਕੱਲਾ ਪਤਰੀਆ ਹੀ ਸਾਸੂ, ਉਹਨੂੰ ਆਖਣ ਲੱਗਾ ਉਹ ਰਾਂ, ਅਤੇ ਮੁਸਲਮਾਨਾਂ ਦੀ ਇੱਕ ਖਾਨਗਾਹ ਸੀ, ਈਸਾ ਖਵਾਜਾ ਉਹਦਾ ਨਾਂ ਸੀ, ਉੱਥੋਂ ਆਖਣ ਲੱਗਾ ਇੱਥੇ ਬਹਿ ਜਾ, ਉੱਥੇ ਧੂੰਏ ਅਤੇ ਰੁੱਖ ਫੜ ਕੇ ਨਾ ਸਾਹ ਦਿੱਤੇ ਉਹਦੇ ਗਾਲੇ 'ਚ ਪਾ ਦਿੱਤੇ, ਸਿਰੇ 'ਚ ਪਾ ਦਿੱਤੇ ਸਾਸੂ ਚਾਚੇ ਨੇ। ਉਹਨੂੰ ਇਹ ਗੱਲ ਆਖਣ ਲੱਗਾ ਵੀ ਵਾਲ ਜਾ ਕੇ ਅਤੇ ਮਾਂ ਕੋਲ ਜਾਂ ਆਪਣੀ ਜਨਾਨੀ ਕੋਲ ਸੁਕਾ, ਅਤੇ ਭੈਣ ਹੀ ਆ ਇਹਨਾਂ ਦੇ ਕੱਪੜਾ ਵਲ ਕੇ ਜਾ, ਅਤੇ ਸਿਰੇ ਸਾਹ ਪਾ ਦਿੱਤੀ ਸਾਸੂ, ਅੱਗੋਂ ਤੂੰ ਦਾਦਾ ਲਾ ਲੈ, ਜੇ ਝੂਠ ਹੋਵੇ ਤਾਂ ਮੈਂ ਤੇਰੀਆਂ ਸਾਰੀਆਂ ਗੱਲਾਂ ਦਾ ਦੇਣਦਾਰ ਹਾਂ। ਬੰਨੇ ਰੱਖ ਕੇ ਰੱਖਣ ਜਾਂ ਨਾ ਰੱਖਣ, ਨਾ ਕੇ ਮਤਲਬ ਪਿੰਡ ਨਹੀਂ ਫਿਰਨਾ, ਅਸੂਲ ਕੋਈ ਨਹੀਂ ਰਿਹਾ। ਹੁਣ ਚੋਰੀ ਰਾਣਾ ਸਾਹਿਬ ਕਿਸੇ ਨੂੰ ਤੂੰ ਅੰਜ ਨਹੀਂ ਵੇਖ ਸਕਦਾ, ਅਤੇ ਉਦੋਂ ਹੁੰਦਾ ਨਾ ਵੱਡੇ ਦਾ ਹਜ਼ਾ, ਨਿੱਕੇ ਦੀ ਹਮਦਰਦੀ, ਟੁੱਕਰ ਥੋੜ੍ਹਾ ਸੀ, ਸਕੂਨ ਜ਼ਿਆਦਾ ਸੀ, ਹੁਣ ਰੋਟੀ ਜ਼ਿਆਦਾ, ਸਕੂਨ ਕੋਈ ਨਹੀਂ। ਗੱਲਾਂ ਬਾਤਾਂ ਜੀ ਰਾਖੀ ਵੇਖੀਆਂ ਦੀਆਂ ਨੇ, ਹੋਰ ਮੈਂ ਹੁਣ ਸਾਡੀ ਵੀ 100 ਤੇ ਹੁੰਦੀ ਹੈ ਬਈ ਨੇੜੇ ਤੇ, ਮੈਂ ਇੰਨਾ ਹਜ਼ਾਰ ਹੁੰਦਾ ਸੀ ਉਦੋਂ ਸਾਡੇ ਪਿੰਡ ਦੇ ਵਿੱਚ, ਮੇਰੀ ਬਰਾਦਰੀ ਦੀ ਜਨਾਨੀ ਸੀ ਇੱਕ ਜੱਟਾਂ ਦੀ, ਅਤੇ ਮੈਂ ਉਹਦਾ ਉਦੋਂ ਉੱਠਦਾ ਹਾਂ ਪਿਆ, ਅਤੇ ਸਿਰ ਮੁੰਨ ਕੇ ਅਤੇ ਮੂੰਹ ਕਾਲਾ ਕਰਕੇ ਅਤੇ ਖੋਤੇ 'ਤੇ ਚਾੜ ਦਿੱਤੇ ਸੀ ਉਸ ਬੀਬੀ ਨੂੰ ਅਤੇ ਉਸ ਬੰਦੇ ਨੂੰ, ਅੱਗੇ ਪਿੱਛੇ ਮੂੰਹ ਕਰਕੇ ਤਵੇ 'ਤੇ ਸ਼ਾਹੀ ਮੂੰਹ 'ਤੇ ਲਾ ਕੇ, ਅਤੇ ਪਿੰਡ 'ਚ ਪਵਾਇਆ ਸੀ ਇਸ ਵਾਸਤੇ ਵੀ ਲੋਕਾਂ ਨੂੰ ਇਬਰਤ ਹਾਸਲ ਹੋਵੇ। ਮੈਂ ਸਾਰੀ ਉਮਰ ਇਹ ਸੋਚਦਾ ਰਿਹਾ, ਅਤੇ ਦੁਨੀਆ ਵੀ ਆਉਂਦੀ ਸੀ ਤੇਰੇ ਰਾਣੇ ਰੂਣੇ ਸਾਰੇ ਜਿੰਨੇ ਆਏ ਨੇ, ਮੇਰਾ ਬੜਾ ਬੰਦਿਆਂ ਨਾਲ ਮੇਰਾ ਤਲਕ ਸੀ ਜਿਹੜੇ ਕੋਈ ਖਾਨਦਾਨੀ ਸਨ, ਅਤੇ ਮੈਂ ਆਉਂਦਾ ਹੁੰਦਾ ਸਾਂ ਮੇਰੀ ਖੱਟੀ ਹਲਾਲ ਦੀ ਹੈ, ਲੋਕ ਵੀ ਆਉਂਦੇ ਸਨ ਖੱਟੀ ਹਲਾਲ ਦੀ ਹੈ, ਅਤੇ ਮੈਂ ਹੁਣ ਆਉਂਦਾ ਵੀ ਮੇਰੀ ਖੱਟੀ ਹਲਾਲ ਦੀ ਰਤੀ ਵੀ ਨਹੀਂ ਸੀ ਸਾਰੀ ਆਰਾਮ ਦੀ। ਤੁਸੀਂ ਆਪਣਾ ਨੰਬਰ ਦੇ ਦਿਓ ਅਗਰ ਕੋਈ ਰਾਬਤਾ ਕਰਨਾ ਚਾਹੇ ਤੁਹਾਡਾ ਇੰਡੀਆ 'ਚੋਂ, ਨੰਬਰ ਦੱਸਿਓ ਤੁਸੀਂ ਆਪਣਾ, ਪਹਿਲੇ 00092 ਹਾਂਜੀ 345 ਹਾਂਜੀ 62 829 ਇਹ ਵਟਸਐਪ ਨੰਬਰ ਵੀ ਤੁਹਾਡਾ, ਸਹੀ ਹੋ ਗਿਆ ਜੀ। ਅਗਰ ਕੋਈ ਰਾਬਤਾ ਕਰਨਾ ਚਾਹੇ ਤੁਹਾਡੇ ਨਾਲ ਰਾਬਤਾ, ਤੁਸੀਂ ਬਜ਼ੁਰਗਾਂ ਨਾਲ ਗੱਲ ਕਰਾ ਦੋਗੇ ਉਹਨਾਂ ਦੀ? ਹਾਂਜੀ ਤੁਸੀਂ ਵੀ ਆਪਣਾ ਨੰਬਰ ਦੱਸ ਦਿਓ। ਮੇਰਾ ਨੰਬਰ ਤੁਹਾਡਾ ਦੂਜਾ ਸਿਸਟਮ ਕੋ ਨਹੀਂ ਨਾ, ਕਿਹੜਾ ਵਟਸਐਪ ਦਾ? ਉਂਝ ਟੈਲੀਫੋਨ ਨੂੰ ਮੈਨੂੰ ਕਾਲ ਕਰ, ਚਲੋ ਉਂਝ ਵੀ ਦੇ ਦਿਓ ਨਹੀਂ, ਇਹਨਾਂ ਦਾ ਵੀ ਲਹਾਨਾ। ਹਾਂ ਮੇਰੇ ਕੋਲ 092 ਹਾਂਜੀ 342 ਸਹੀ 310 34 34 ਬਾਕੀ ਵੀ ਅਗਰ ਕੋਈ ਸੁਣਦੇ ਨੇ ਤੁਹਾਡੇ ਪਿੰਡ ਦੇ ਇੱਥੋਂ ਦੇ, ਉਹ ਵੀ ਤੁਹਾਡੇ ਨਾਲ, ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਬਜ਼ੁਰਗ।